ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਤੇ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਦਾ ਜ਼ਿਕਰ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਹੈ ਅਤੇ ਉੱਥੇ ਹੀ ਇਸ ਘਟਨਾ ਨੇ ਭਗਵੰਤਮਾਨ ਨੂੰ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਵੀ ਬਹੁਤ ਹੀ ਜ਼ਿਆਦਾ ਹੈਰਾਨ ਕੀਤਾ ਹੈ। ਦਰਅਸਲ ਹੋਇਆ ਇਸ ਤਰ੍ਹਾਂ ਕਿ ਗੁਰਪ੍ਰੀਤ ਕੌਰ ਅਤੇ ਭਗਵੰਤਮਾਨ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ। ਅਤੇ ਜਦੋਂ ਹੀ ਉਹ ਉਹਨਾਂ ਰਿਸ਼ਤੇਦਾਰਾਂ ਦੇ ਪਿੰਡ ਵਿੱਚ ਪਹੁੰਚੇ ਤਾਂ ਅਚਾਨਕ ਉਹਨਾਂ ਦੀ ਗੱਡੀ ਨੂੰ ਕਿਸੇ ਨੇ ਬਹੁਤ ਹੀ ਜ਼ੋਰਦਾਰ ਵੱਟਾ ਮਾਰਿਆ। ਜਦੋਂ ਹੀ ਇਹ ਵੱਟਾ ਵੱਜਾ ਤਾਂ ਗੁਰਪ੍ਰੀਤ ਕੌਰ ਨੇ ਬਹੁਤ ਹੀ ਜ਼ੋਰ ਦੀ ਚੀਕ ਮਾਰੀ। ਉਨ੍ਹਾਂ ਦੇ ਅਜਿਹੇ ਹਾਲ ਦੇ ਦੇਖ ਕੇ ਭਗਵੰਤ ਮਾਨ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਅਤੇ ਉਨ੍ਹਾਂ ਨੇ ਆਪਣੇ ਸਿਕਿਉਰਿਟੀ ਗਾਰਡ ਨੂੰ ਕਿਹਾ ਕਿ ਜਾ ਕੇ ਦੇਖੋ ਕਿ ਇਹ ਕਿਸਤੀ ਹਰਕਤ ਹੈ ਜਦੋਂ ਉਨ੍ਹਾਂ ਦੇ ਸਿਕਿਉਰਿਟੀ ਗਾਰਡ ਨੇ ਉਸ ਲੜਕੇ ਨੂੰ ਫੜ ਲਿਆ ਜਿਸ ਨੇ ਕਿ ਉਸ ਗੱਡੀ ਨੂੰ ਵਟਾ ਮਾਰਿਆ ਸੀ ਤਾਂ ਉਹ ਰੋਣ ਲੱਗ ਪਿਆ ਅਤੇ ਬਾਅਦ ਵਿੱਚ ਪਿੰਡ ਵਿੱਚੋਂ ਕੋਈ ਭੱਜਾ ਭੱਜਾ ਆਇਆ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਇਸ ਲੜਕੇ ਨੂੰ ਇਸ ਤਰ੍ਹਾਂ ਕਿਉਂ ਫੜਿਆ ਹੋਇਆ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸੇ ਲੜਕੇ ਨੇ ਭਗਵੰਤਮਾਨ ਦੀ ਗੱਡੀ ਤੇ ਵੱਟਾ ਮਾਰਿਆ ਹੈ ਇਸ ਤੋਂ ਬਾਅਦ ਉਸ ਵਿਅਕਤੀ ਨੇ ਉਸ ਸਿਕਿਉਰਿਟੀ ਗਾਰਡ ਨੂੰ ਅਤੇ ਭਗਵੰਤਮਾਨ ਨੂੰ ਦੱਸਿਆ ਕਿ ਇਹ ਲੜਕਾ ਦਿਮਾਗ ਤੋਂ ਠੀਕ ਨਹੀਂ ਹੈ ਇਸ ਦੀ ਦਿਮਾਗੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਇਹ ਜਦੋਂ ਪੈਦਾ ਹੋਇਆ ਸੀ ਉਦੋਂ ਤੋਂ ਹੀ ਇਸ ਨੂੰ ਇਹ ਤਕਲੀਫ ਹੈ ਜਿਸ ਨੂੰ ਜਦੋਂ ਤੋਂ ਉਹ ਵੱਡਾ ਹੋ ਗਿਆ ਹੈ ਇਹ ਤਕਲੀਫ ਹੋਰ ਜ਼ਿਆਦਾ ਵੱਧ ਗਈ ਹੈ ਹਾਲਾਕਿ ਉਸ ਦਾ ਇਲਾਜ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਇਲਾਜ ਨਹੀਂ ਹੋ ਸਕਿਆ ਪਹਿਲਾਂ ਪਹਿਲਾਂ ਪਿੰਡ ਵਾਲਿਆਂ ਨੂੰ ਵੀ ਉਸ ਦੀਆਂ ਅਜਹੀਆਂ ਹਰਕਤਾਂਵਾਂ ਨੂੰ ਦੇਖ ਕੇ ਗੁੱਸਾ ਲੱਗਦਾ ਸੀ ਪਰ ਜਦੋਂ ਤੋਂ ਉਹਨਾਂ ਨੂੰ ਇਹ ਪਤਾ ਲੱਗਿਆ ਹੈ ਕਿ ਇਸ ਦੀ ਹਾਲਤ ਦਿਨੋਂ ਦਿਨ ਖਰਾਬ ਹੀ ਹੁੰਦੀ ਜਾ ਰਹੀ ਹੈ ਤਾਂ ਲੋਕਾਂ ਨੂੰ ਉਸਤੇ ਉੱਪਰ ਤਰਸ ਆਉਣਾ ਸ਼ੁਰੂ ਹੋ ਗਿਆ ਹੈ ਤੇ ਕੋਈ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਹਾਲਾਂਕਿ ਉਸ ਦੇ ਘਰ ਘਰ ਵਾਲੇ ਜਿੰਨਾ ਹੋ ਸਕਦੇ ਹਨ ਉਸ ਨੂੰ ਘਰ ਵਿੱਚ ਹੀ ਰੱਖਦੇ ਹਨ ਤਾਂ ਕਿ ਉਹ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਵੇ ਪਰ ਅੱਜ ਉਹ ਅਚਾਨਕ ਘਰ ਤੋਂ ਬਾਹਰ ਆ ਗਿਆ ਅਤੇ ਉਸ ਨੇ ਤੁਹਾਡੀ ਗੱਡੀ ਨੂੰ ਵੱਟਾ ਮਾਰ ਦਿੱਤਾ ਉਸ ਨੇ ਕਿਹਾ ਕਿ ਮੈਂ ਇਸ ਲੜਕੇ ਦੇ ਵੱਲੋਂ ਮਾਫੀ ਮੰਗਦਾ ਹਾਂ ਇੰਨੀ ਗੱਲ ਸੁਣ ਕੇ ਭਗਵੰਤ ਮਾਨ ਦਾ ਦਿਲ ਬਹੁਤ ਹੀ ਜ਼ਿਆਦਾ ਪਿਗਲ ਗਿਆ ਅਤੇ ਉਹਨਾਂ ਨੇ ਉਸ ਲੜਕੇ ਨੂੰ ਗੱਲ ਦੇ ਨਾਲ ਲਗਾ ਲਿਆ ਅਤੇ ਉਹਨਾਂ ਨੇ ਇਹੀ ਵੀ ਕਹਿਆ ਕਿ ਜਿੰਨਾ ਤੱਕ ਹੋ ਸਕਦਾ ਹੈ ਉਹ ਇਸ ਲੜਕੇ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹਨਾਂ ਨੂੰ ਇਸ ਲੜਕੇ ਦੇ ਵੱਲ ਦੇਖ ਕੇ ਬਹੁਤ ਹੀ ਜ਼ਿਆਦਾ ਤਰਸ ਆ ਰਿਹਾ ਹੈ ਇੰਨੀ ਗੱਲ ਕਹਿ ਕੇ ਭਗਵੰਤਮਾਨ ਅਤੇ ਉਹ ਸਿਕਿਉਰਿਟੀ ਗਾਰਡ ਗੱਡੀ ਦੇ ਬੈਠ ਗਏ ਅਤੇ ਗੁਰਪ੍ਰੀਤ ਕੌਰ ਦੇ ਨਾਲ ਉਹ ਆਪਣੇ ਸਿਧਾਰਾਂ ਦੇ ਘਰ ਚਲੇ ਗਏ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ